ਚਲੋ ਜੀ ਅੱਜ ਆਪਾਂ ਦੇਖਦੇ ਆਂ ਸਾਡਾ ਛੋਟਾ ਜਿਹਾ ਗਾਰਡਨ ਹਨਾ ਗਲੀ ਕੀ ਕੀ ਅਸੀਂ ਬੀਜਿਆ ਇੱਥੇ ਜ਼ਿਆਦਾ ਕੁਝ ਨਹੀਂ ਇਹ ਆਪਣੀ ਉਹ ਹੀ ਆ ਖੁੜਲੀ ਜਿਹੜੀ ਪਹਿਲਾਂ ਮੈਂ ਤੁਹਾਨੂੰ ਦੱਸਿਆਗਾ ਆਪਣੇ ਵਿਊਰ ਨੂੰ ਵੀ ਆਪਣੀ ਖੁੜਲੀ ਆ ਮਗਰ ਛੋਟੀ ਜਿੱਤੇ ਆਪਾਂ ਪੰਜਾਬ ਵਿੱਚ ਜਿਵੇਂ ਮੱਝਾ ਮੰਦੇ ਨੇ ਨਾ ਹੀ ਪੁੱਤ ਖਾਣਾ ਤੋੜ ਤੋੜ ਕੇ ਦਵਾਈ ਸਿਰਕੀ ਆ ਮੇਰੀ ਇਹਨਾਂ ਤੇ ਟੇਸਟ ਨਹੀਂ ਹੋਣਾ ਆ ਤਾਂ ਹੀ ਆਪਣਾ ਗੁਲਾਬ ਖੜਾਗਾ ਹਨਾ ਚਲੋ ਮੈਂ ਦਿਖਾਈਏ ਛੋਟੀ ਜਗ੍ਹਾ ਤੇ ਕੀ ਖੁਸ਼ ਲਾਇਆ ਆਪਾਂ ਆ ਮੈਂ ਥੋੜਾ ਜਿਹਾ ਲਸਣ ਬੀਜਿਆ ਸੀਗਾ ਇਹ ਹੈਗੀਆਂ ਮੇਰੇ ਖਿਆਲ ਚ ਹੋਊਂਗੀਆਂ ਮਸਾਂ 10 12 ਕ ਬਸ ਤੇ ਆਹ ਦੋ ਖੜੇ ਆ ਪਿਆਜ ਜਿਹੜੇ ਮੈਂ ਸਿੱਧੇ ਲਾਇਆ ਪਿਆਜ਼ਾਂ ਤੋਂ ਪਿਆਜ ਉੱਗੇ ਵੇ ਇਹ ਗੁਲੀਨ ਬਹੁਤ ਖਾਂਦੀ ਆ ਤੋੜ ਤੋੜ ਕੇ ਤੇ ਆ ਇੱਕ ਫੁੱਲਾਂ ਵਾਲਾ ਬੂਟਾ ਸਾਡਾ ਛੋਟਾ ਆ ਆ ਹੈਗਾ ਘਾਹ ਵਾਲਾ ਪਿਆਜ ਇਹਨੂੰ ਇਦਾਂ ਹੀ ਖਾਈਂਦਾ ਕੱਚਾ ਹੀ ਸਲਾਦ ਵਾਂਗੂ ਤੇ ਆ ਥੋੜਾ ਜਿਹਾ ਧਨੀਆ ਖੜਾ ਸਾਡਾ ਇਹ ਯਾਨੀ ਕਿ ਮੁੱਲ ਲੈ ਕੇ ਆਏ ਸੀਗੇ ਆ ਦੋਨੇ ਚੀਜ਼ਾਂ ਇੱਕ ਆਹ ਪਿਆਜ਼ ਤੇ ਇੱਕ ਆ ਧਨੀਆ ਧਨੀਆ ਮੈਂ ਬੀਜਿਆ ਵੀ ਸੀ ਪਰ ਉਹ ਉਗਿਆ ਨਹੀਂ ਹੈਗਾ ਕਿਉਂਕਿ ਇੱਥੇ ਬਹੁਤ ਮੁਸ਼ਕਲ ਆ ਖੇਤੀ ਜੀ ਜੇ ਤਾਂ ਗਰਮੀ ਪੈਂਦੀ ਹੈ ਤਾਂ ਬਹੁਤ ਗਰਮੀ ਪੈਂਦੀ ਹੈ ਨਹੀਂ ਫਿਰ ਬਹੁਤ ਠੰਡ ਹੁੰਦੀ ਆ ਤੇ ਆ ਕद्दू ਦੀਆਂ ਬੇਲਾਂ ਉਗੀਆਂ ਨੇ ਵਿੱਚ ਕਈ ਆ ਆ ਵੀ ਫੁੱਲ ਦਾ ਬੂਟਾ ਸੀਗਾ ਆ ਦੇਖੋ ਆ ਕद्दू ਆ ਇਹ ਉਗ ਰਿਹਾ ਹੁਣ ਅਸੀਂ ਉਦੋਂ ਹੀ ਬੀਜ ਛਿੜਤੇ ਸੀਗੇ ਤੇ ਉਗ ਰਿਹਾ ਦੇਖੋ ਤੇ ਆ ਥੋੜੀ ਥੋੜੀ ਪਾਲਕ ਲਾਈ ਆ ਮੇਰੀ ਐਦਾਂ ਇਹ ਸੀ 3-4 ਵੇ ਦੀ ਕੱਟ ਕੇ ਇਹਨੂੰ ਵਰਤ ਚੁੱਕੇ ਆ ਵਧੀਆ ਹੋਊਗੀ ਪਾਲਕ ਤਾਂ ਕੱਦੂ ਦੇਖੋ ਕਿਦਾਂ ਹੋਣਗੇ ਟਰਾਈ ਕਰਾਂਗੇ ਵੀ ਇਹਨਾਂ ਦੀ ਸਾਮ ਸੰਭਾਲ ਕਰਾਂਗੇ ਤਾਂ ਦੇਖਦੇ ਆਂ ਕੀ ਕ ਬਣਦਾ ਆ ਤਾਂ ਫੁੱਲ ਹੀ ਆਗੇ ਹਾਂਜੀ ਪੁੱਤ ਪੁੱਤ ਸੋਹਣਾ ਕਿੰਨਾ ਲੱਗਦਾ ਫੁੱਲ ਛੋਟਾ ਜਿਹਾ ਦੇਖ ਤੋੜਨਾ ਘਾਤਾਂ ਕਿੰਨਾ ਸੋਹਣਾ ਲੱਗਦਾ ਹਨ ਤੇ ਆ ਮਿੱਥੇ ਲਾਏ ਹੋਏ ਜੀ ਮਿੱਥੇ ਮੈਂ ਕਾਫੀ ਛਿੜਦੇ ਸੀ ਉਦੋਂ ਹੀ ਮੈਂ ਦੇਖਦੇ ਹੁੰਦੇ ਆ ਕਿ ਨਾ ਤੇ ਬਹੁਤ ਵਧੀਆ ਹੋ ਗਏ ਇਹ ਮੈਂ ਇੱਕ ਵਾਰੀ ਤੋੜਿਆ ਹਾਲੇ ਤੇ ਆਲੂ ਮਿੱਥੇ ਦੀ ਸਬਜ਼ੀ ਬਣਾਈ ਸੀ ਤੇ ਹੋਰ ਅਸੀਂ ਮਟਰ ਵੀ ਸੁੱਟੇ ਸੀ ਵਿੱਚ ਤੇ ਮਟਰ ਵੀ ਹੋ ਗਿਆ ਆ ਦੇਖੋ ਆ ਮਟਰਾਂ ਦਾ ਬੂਟਾ ਇਹ ਹਲੇ ਵੱਡੇ ਹੋਣ ਖੈਲੇ ਤਾਂ ਛੋਟੇ ਹੈਗੇ ਹਾਂ ਆ ਖੜੇ ਆ ਕਈ ਗੁੱਲੀ ਨਾ ਦੇਖ ਹੈਨਾ ਇਹ ਮਟਰਾਂ ਦੇ ਬੂਟੇ ਹੀ ਸਾਰੇ ਤੇ ਇਧਰ ਸਾਡੀ ਥੋੜੀ ਜਿਹੀ ਪੁਰਾਣੀ ਮਿੱਟੀ ਦੀ ਜਿੰਨਾ ਮੇਰੇ ਪਿਛਲਾ ਬਲੌਗ ਦੇਖਿਆ ਉਹ ਪਿਛਲੇ ਸਾਲ ਵਾਲਾ ਤੇ ਇਹ ਪੁਰਾਣੀ ਮਿੱਟੀ ਚ ਇੰਨੇ ਵਧੀਆ ਨਹੀਂ ਹੋਏ ਮੈਂ ਇੱਥੇ ਇਹ ਥੋੜੇ ਪੀਲੇ ਜਿਹੇ ਪੈ ਗਏ ਹੈਗੇ ਤੇ ਸਰੋਂ ਵੀ ਜਿੱਤੀ ਸਰੋਂ ਵੀ ਇੰਨੀ ਜ਼ਿਆਦਾ ਵਧੀਆ ਨਹੀਂ ਹੋ ਰਹੀ ਇੱਥੇ ਕਿਉਂਕਿ ਮਿੱਟੀ ਦਾ ਫਰਕ ਆ ਆਪਣੇ ਖੱਤਿਆਂ ਚ ਤਾਂ ਵਧੀਆ ਆਉਂਦੀਆਂ ਨੇ ਇੱਥੇ ਹੁਣ ਇਹ ਮੁੱਲ ਦੀ ਮਿੱਟੀ ਆ ਤੇ ਉਹ ਹਿਸਾਬ ਨਾਲ ਚੀਜ਼ਾਂ ਨਹੀਂ ਹੋ ਰਹੀਆਂ ਥੋੜੀ ਖੇਤੀ ਇੱਥੇ ਬਾਂਸ ਕੇ ਲਈ ਔਖੀ ਹੈਗੀ ਤੇ ਆਹ ਇੱਕ ਪਾਲਕ ਦਾ ਬੂਟਾ ਇੱਥੇ ਹੋ ਗਿਆ ਵਿਚਾਰਾ ਤੇ ਬਾਕੀ ਨਿਕਲੀ ਜਾਂਦੇ ਆ ਉਹ ਕੱਦੂ ਤਾਂ ਮੈਨੂੰ ਯਾਦ ਆ ਵੀ ਉਹ ਬੀਜੇ ਸੀਗੇ ਪਰ ਆਹ ਜਿਹੜੇ ਤਿੰਨ ਚੀਜ਼ਾਂ ਖੜੀਆਂ ਐ ਮੈਨੂੰ ਯਾਦ ਨਹੀਂ ਇਹ ਕੀ ਨੇਗੀ ਆ ਇਹ ਖੀਰਾ ਹੋ ਸਕਦਾ ਪਤਾ ਨਹੀਂ ਕੀ ਹੋ ਸਕਦਾ ਆ ਦੇਖੋ ਧਨੀਆ ਇਹ ਧਨੀਆ ਜਿਹੜਾ ਮੈਂ ਬੀਜਿਆ ਸੀ ਮਸਾਂ ਹੀ ਹੋਇਆ ਵਿਚਾਰਾ ਹੌਲੀ ਹੌਲੀ ਜੇ ਤਾਂ ਕਰਕੇ ਫਿਰ ਮੈਂ ਮੋਲ ਦਾ ਲਿਆਇਆ ਤੇ ਉਹ ਹੁਣ ਦੇਖਦੇ ਆ ਕੀ ਬਣਦਾ ਆ ਫੁੱਲ ਨੇ ਆ ਖੜਿਆ ਥੋੜੇ ਜਿ ਮਟਰ ਉੱਗੇ ਹੋਏ ਇੱਕ ਬੂਟਾ ਆ ਖੜਾ ਇੱਕ ਆ ਖੜਾ ਹੁਣ ਗਲੀਨ ਤੋੜ ਤੋੜ ਖਾਈ ਜਾਂਦੀ ਉਹਨਾਂ ਨੂੰ ਇਹਨਾਂ ਨੂੰ ਬਹੁਤ ਪਸੰਦ ਕਰਦੀ ਐ ਗਲੀਨ ਆਹ ਵਾਲੇ ਘਾਹ ਵਾਲੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਇਹ ਪਿਆਜ਼ ਨੇ ਜੀ ਸਲਾਦ ਪਿਆਜ਼ ਤੇ ਬਾਕੀ ਜੇ ਗੱਲ ਕਰਦੇ ਆ ਵੀ ਇੱਥੇ ਕਿਦਾਂ ਖੇਤੀ ਦਾ ਹੈਗਾ ਹੈਗੀ ਤਾਂ ਮੁਸ਼ਕਲ ਆ ਕਿਉਂਕਿ ਧੁੱਪ ਬਹੁਤ ਤੇਜ਼ ਪੈਂਦੀ ਐ ਇੱਥੇ ਮੱਚ ਜਾਂਦੇ ਆ ਬੂਟੇ ਮਿੱਟੀ ਵੀ ਬਹੁਤ ਛੇਤੀ ਸੁੱਕ ਜਾਂਦੀ ਆ ਨਾ ਇਹ ਧੁੱਪ ਪੈਂਦੀ ਐ ਤਾਂ ਇਹ ਮਿੱਟੀ ਆਪਣੀ ਇੰਡੀਆ ਵਾਲੀ ਮਿੱਟੀ ਵਰਗੀ ਨਹੀਂ ਇਹ ਹੋਰੇ ਤਰ੍ਹਾਂ ਦੀ ਆ ਆ ਦੇਖੋ ਇਹ ਭੁਰਦੀ ਐ ਇਦਾਂ ਨਾ ਇਹ ਆ ਦੇਖੋ ਇਹ ਹੱਥ ਨੂੰ ਨਹੀਂ ਲੱਗਦੀ ਫਿਰ ਇਦਾਂ ਝੜ ਜਾਂਦੀ ਐ ساری ਆ ਦੇਖੋ ਤੇ ਬਹੁਤ ਵੇਰ ਜਦੋਂ ਤੇਜ਼ ਧੁੱਪ ਪੈਂਦੀ ਐ ਤਾਂ ਸੁੱਕ ਜਾਂਦੀ ਐ ਛੇਤੀ ਮਿੱਟੀ ਹੈ ਨਾ ਤਾ ਕਰਕੇ ਇੱਥੇ ਥੋੜਾ ਜਿਹਾ ਔਖਾਗਾ ਬੂਟੇ ਵਗੈਰਾ ਲਾਉਣੇ ਤੇ ਇੱਧਰ ਮੈਂ ਥੋੜੇ ਜਿਹਾ ਕੱਦੂ ਬੂਟੇ ਇਦਾਂ ਵੀ ਲਾਇਆ ਛੋਟੇ ਛੋਟੇ ਗਮਲਿਆਂ ਇਹਦੇ ਵਿੱਚ ਵੀ ਹੋ ਜਾਣਗੇ ਦੇਖਦੇ ਆ ਆਹ ਦੇਖੋ ਆ ਲੱਗੇ ਇਹ ਇਹ ਮੈਂ ਹਲੇ ਛਾਂ ਵਿੱਚ ਰੱਖਿਆ ਹਾਂ ਪੁੱਤ ਮੈਂ ਪੰਜਾਬੀ ਬੋਲਦਾ ਪੁੱਤ ਤੂੰ ਪੰਜਾਬੀ ਬੋਲ ਨਹੀਂ ਨੀਂ ਨਹੀਂ ਤੂੰ ਨਹੀਂ ਬੋਲਦੀ ਤੇ ਇਹ ਮੈਂ ਹਲੇ ਛਾਂ ਦੇ ਵਿੱਚ ਰੱਖਿਆ ਤਾਂ ਕਿ ਥੋੜੇ ਜਿਹਾ ਹੋ ਜਾਣ ਬਾਅਦ ਵਿੱਚ ਫਿਰ ਉਹਨੂੰ ਧੁੱਪੇ ਕੱਢਾਂਗੇ ਹਲੇ ਹੋ ਰਹੇ ਆਗੇ ਇਹ ਹੈ ਹੈ ਅਸਲ ਵਿੱਚ ਕਿੰਨਾ ਦਗਿਆ ਤੂੰ ਪੰਜਾਬੀ ਬੋਲ ਨਹੀਂ ਨੀਂ ਆ ਤੂੰ ਕਿ ਤੇ ਬੋਲਦੀ ਆਂ ਕਿ ਤੂੰ ਸਮਝਦੀ ਆਂ ਬਸ ਕੱਲੀ ਹੈ ਨਾ ਹਾਂ ਆ ਗੁਲੀ ਦੀ ਛਤਰੀ ਹੈ ਧੁੱਪ ਤੋਂ ਇਹਨੂੰ ਛਤਰੀ ਲੈ ਆਂਦੀ ਸੀ ਗੁਲੀ ਇਹਨੂੰ ਈਕਾ ਕੁਰਸੀਆਂ ਦੀ ਛੋਟੀ ਜੀ ਖੇਡਣ ਨੂੰ ਵੀ ਖੇਡ ਲੂਗੀ ਬਹਿ ਕੇ ਉਹ ਤਾਂ ਬਹਿ ਕੇ ਖੇਡ ਲਿਆ ਕਰ ਆਪਦਾ ਠੀਕ ਆ ਤੇ ਬਾਕੀ ਮੈਂ ਉਧਰ ਦੂਜੇ ਪਾਸੇ ਕੱਦੂ ਲੈ ਕੱਦੂ ਨਹੀਂ ਜੱਚ ਮੈਂ ਕੱਦੂ ਨਹੀਂ ਕਹਿਣਾ ਸੀਗਾ ਮੈਂ ਕਹਿਣਾ ਸੀਗਾ ਕੀ ਲਾਇਆ ਉਧਰ ਆਪਾਂ ਹਾਂ ਆਲੂ ਲਾਇਆ ਈ ਥੋੜੇ ਜਿਹਾ ਪਹਿਲਾਂ ਮੈਂ ਆਲੂ ਇੱਥੇ ਲਾਤੇ ਸੀਗੇ ਪਰ ਆਲੂ ਇੱਥੇ ਹੋਣੇ ਨਹੀਂ ਸੀ ਕਿਉਂਕਿ ਛੋਟੀ ਜਗ੍ਹਾ ਫਿਰ ਮੈਂ ਉਧਰ ਦੂਜੇ ਪਾਸੇ ਲਾਇਆ ਤੇ ਉਧਰ ਦੇਖਾਂਗੇ ਉਹ ਕਿਹੋ ਜਿਹਾ ਹੋ ਰਿਹਾਗੇ ਕੁੱਲੀ ਜਗ੍ਹਾ ਉਧਰ ਥੋੜੀ ਜੀ ਉਧਰ ਵਾਹੀ ਜਾਣੇ ਘਟਾਂਗੇ ਅਸੀਂ ਯਾਤਰਾ ਇੱਧਰ ਹੀ ਰਹਿਣ ਕਿਉਂਕਿ ਇੱਧਰ ਧੁੱਪ ਤਾਂ ਬਹੁਤ ਵਧੀਆ ਲੱਗਦੀ ਹੈ ਫਿਰ ਸਰੀਰ ਨੂੰ ਕਿਉਂਕਿ ਡੀ ਵਿਟਾਮਿਨ ਇੱਥੇ ਬਹੁਤ ਘਟਦਾ ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਵੀਡੀਓ ਵਿੱਚ ਇੱਥੇ ਵਾਸਾ ਤਿੰਨ ਚਾਰ ਮਹੀਨੇ ਹੁਣ ਧੁੱਪ ਹੀ ਰਹਿਣੀ ਹੈਗੀ ਤੇ ਫਿਰ ਠੰਡ ਹੋ ਜਾਣੀ ਆ ਚੱਲ ਪਾ ਉਹ ਤੇ ਦੇਖ ਕਹੀਏ ਪੁੱਤ ਆਲੂ ਦੇਖਈਏ ਕਿਡੇ ਕੋਗੇ ਉਹ ਆਪਾਂ ਰੂਮ ਦੇ ਵਿੱਚ ਦੀ ਉਹਦੇ ਤੇ ਵੀਡੀਓ ਬਣਾ ਲਾਂਗੇ ਕਿੱਡੇ-ਕਿੱਡੇ ਕਾ ਨਾ ਚੱਲੀਏ ਯਾ ਚਲ ਦੇਖਦੇ ਆ ਚਲੋ ਆ ਜੀ ਆਪਾਂ ਆਲੂ ਦੇਖਦੇ ਆ ਕਿੱਡੇ ਖੋਗੇ ਤੇ ਆ ਆਪਣਾ ਦੂਸਰਾ ਪਾਸਾ ਜੀ ਗਾਰਡਨ ਛੋਟਾ ਜਿਹੇ ਇਧਰ ਵੀ ਤੇ ਮੈਂ ਨਾ ਉਹ ਕਦੋਂ ਦੀ ਬੀਲਾ ਵਗੈਰਾ ਨਹੀਂ ਉਧਰ ਲਾਈ ਨੂੰ ਸਾਰੀਆਂ ਇੱਥੇ ਲਿਆ ਕੇ ਰੱਖ ਦੇਣੀਆਂ ਇੱਥੇ ਲਫਾ ਪਿਆ ਚੀਜ਼ਾਂ ਕਿਹ ਚੀਜ਼ ਚ ਪਾ ਕੇ ਇੱਥੇ ਫਿਰ ਲੱਗ ਜੂ ਉਹਨਾਂ ਨੂੰ ਕਦੋਂ ਵਗੈਰਾ ਜੇ ਕੋਈ ਲੱਗਣਾ ਉਹ ਦੇਖਾਂਗੇ ਤੇ ਉਹ ਮੇਰੇ ਖੜੇ ਹੈ ਜੀ ਆਲੂ ਆਹ ਵਾਲੇ ਜਿਹੜੇ ਖੜੇ ਆਗੇ ਇੱਕ ਬੂਟਾ ਆ ਸੀ ਆਲੂ ਦਾ ਇੱਕ ਆ ਸੀ ਤੇ ਦੋ ਇੱਥੇ ਲੱਗੇ ਹੋਇਆ ਉਧਰੋਂ ਪੱਟ ਕੇ ਮੈਂ ਇੱਧਰ ਲਾਤੇ ਸੀਗੇ ਇਹ ਥੋੜੀ ਜਿਹੀ ਖੁੱਲੀ ਜਗ੍ਹਾ ਕੀ ਦੇਖਾਂਗੇ ਇੱਥੇ ਹੋਰ ਵੀ ਕੁਝ ਲਾਵਾਂਗੇ ਠੀਕ ਹੈ ਜੀ ਤੇ ਵੀਡੀਓ ਮੈਂ ਇੱਕ ਗੱਲ ਹੋਰ ਵੀ ਬਣਾ ਰਿਹਾ ਜੀ ਕਿਉਂਕਿ ਜਿਵੇਂ ਹੁਣ ਆਪਾਂ ਬਾਹਰ ਰਹਿੰਨੇ ਆ ਤਾਂ ਇੱਥੇ ਉਹ ਆਪਣੇ ਕੋਲੇ ਕਈਆਂ ਕੋਲੇ ਉਹ ਨਹੀਂ ਹੁੰਦਾ ਟਾਈਮ ਜਾਂ ਕਹਿ ਸਕਦੇ ਇੱਥੇ ਜਿਆਦਾ ਸਾਰੇ ਯਾਨੀ ਖੇਤੀ ਨਹੀਂ ਕਰਦੇ ਹੈਗੇ ਤੇ ਜਿਨ੍ਹਾਂ ਦੇ ਛੋਟੇ ਬੱਚੇ ਹੁੰਦੇ ਆ ਜਿਵੇਂ ਹੁਣ ਸਾਡੇ ਗੁਲੀਨਾਂ ਤੇ ਉਹਨੂੰ ਮੈਂ ਇਹ ਸਾਰਾ ਲਸਣ ਨਾ ਗੁਲੀਨ ਤੋਂ ਲਵਾਇਆ ਹਨਾ ਪਿਆਜ਼ ਗੁਲੀਨ ਤੋਂ ਲਵਾਇਆ ਯਾਨੀ ਕਿ ਇੱਥੇ ਸਾਰਾ ਕੁਝ ਗੁਲੀਨ ਤੋਂ ਕਰਾਇਆ ਮੈਂ ਤਾਂ ਕਿ ਉਹਦੇ ਨਾਲ ਬੱਚਿਆਂ ਨੂੰ ਪਤਾ ਲੱਗਦਾ ਹਨਾ ਵੀ ਸਾਡੀ ਨੇਚਰ ਸਾਨੂੰ ਕਿਦਾਂ ਕੀ ਦਿੰਦੀ ਆ ਤੇ ਅਸੀਂ ਨੇਚਰ ਤੋਂ ਕਿਵੇਂ ਕੋਈ ਚੀਜ਼ ਲੈ ਕੇ ਖਾਂਦੇ ਆ ਹਨਾ ਵੀ ਉਹਦਾ ਕਿੰਨਾ ਅ ਪਗਾ ਇੰਪੋਰਟੈਂਟ ਰੋਲ ਆ ਹਨਾ ਨੇਚਰ ਦਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਥੋੜਾ ਜਿਹਾ ਠਹਿਰਾਓ ਵੀ ਆਉਂਦਾ ਹਨਾ ਜਿਵੇਂ ਹੁਣ ਗੁਰਲੀ ਨੇ ਬੀ ਬੀਸ ਤਾਂ ਤੇ ਜਿਵੇਂ ਲਸਣ ਬੀਜਿਆ ਉਹਨੇ ਜਦੋਂ ਤੇ ਉਹ ਕਹਿੰਦੀ ਵੀ ਹੁਣ ਕੀ ਬਣੂ ਇਹਦਾ ਕਦੋਂ ਕੀ ਬਣੂ ਹਨਾ ਮੈਂ ਤੂੰ ਵੇਟ ਕਰ ਵੀ ਹਨਾ ਵੀ ਇਹ ਹੌਲੀ ਹੌਲੀ ਉੱਗਣਗੇ ਹਨਾ ਤੇ ਉਹ ਫਿਰ ਰੋਜ਼ ਦੇਖਦੀ ᱛੀ ਆ ਕਿ ਯਾਰ ਇਹ ਗਰੋਨ ਅਪ ਹੋ ਗਏ ਕਹਿੰਦੀ ਡੈਡੀ ਵੀ ਉਲਗ ਖੜੇ ਉਲਗ ਖੜੇ ਫਿਰ ਛੋਟਾ ਛੋਟਾ ਨਾ ਵੀ ਉਹਨੇ ਸਾਰਾ ਦੇਖਿਆ ਹਨਾ ਵੀ ਇਹ ਕਿੱਦਾਂ ਇੱਕ ਲਸਣ ਦੀ ਗੱਠੀ ਤੋਂ ਇਹ ਕਿੱਦਾਂ ਇੱਕ ਪੌਦਾ ਬਣ ਗਿਆ ਹਨਾ ਨਾ ਤਾਕੇ ਇਹ ਵੀ ਬਹੁਤ ਜ਼ਰੂਰੀ ਆ ਮੇਰੇ ਖਿਆਲ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਖਾਸ ਕਰਕੇ ਜਿਹੜੇ ਬਾਹਰ ਰਹਿੰਦੇ ਹੈਗੇ ਕਿਉਂਕਿ ਆਪਣੇ ਪੰਜਾਬ ਇੰਡੀਆ ਵਿੱਚ ਤਾਂ ਸਾਰੀ ਦੇਖ ਲਈ ਆ ਬੱਚੇ ਤਕਰੀਬਨ ਇਹ ਚੀਜ਼ਾਂ ਪਰ ਇੱਥੇ ਬਹੁਤ ਘੱਟ ਆਗਾ ਤੇ ਇਹ ਵੀ ਬਹੁਤ ਵਧੀਆ ਚੀਜ਼ ਆ ਇੱਕ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਚੀਜ਼ ਦੱਸਣੀ ਚਾਹੀਦੀ ਆ ਕਿਉਂਕਿ ਹੁਣ ਉਹ ਫਿਰ ਖਾਂਦੀ ਵੀ ਐਨੂੰ ਤੋੜ ਤੋੜ ਕੇ ਉਹ ਪਿਆਜ਼ ਖਾ ਲੈਂਦੀ ਆ ਤੇ ਇਹਨਾਂ ਨੂੰ ਵੀ ਖਾ ਲੈਂਦੀ ਆ ਧਨੀਆ ਵੀ ਖਾ ਲੈਂਦੀ ਆ ਪਾਲਕ ਵੀ ਬਹੁਤ ਖਾਦੀ ਆ ਉਹਨੇ ਤੋੜ ਤੋੜ ਕੇ ਤੇ ਲਸਣ ਨਹੀਂ ਖਾਂਦੀ ਕਹਿੰਦੀ ਇਹਦਾ ਮੈਨੂੰ ਟੇਸਟ ਨਹੀਂ ਵਧੀਆ ਲੱਗਦਾ ਤੇ ਯਾਨੀ ਕਿ ਉਹ ਕਾਫੀ ਖੁਸ਼ ਰਹਿੰਦੀ ਐ ਇੱਥੇ ਆ ਕੇ ਫਿਰ ਦੇਖਦੀ ਐ ਸਾਰੀ ਚੀਜ਼ਾਂ ਵੀ ਕਿਸ ਤਰ੍ਹਾਂ ਨੇ ਕਿੱਡੀਆਂ-ਕਿੱਡੀਆਂ ਹੋਈਆਂ ਹਨ ਤੇ ਚਲੋ ਇਦਾਂ ਹੀ ਸੀ ਬਸ ਮੈਂ ਥੋੜੀ ਜਿਹੀ ਵੀਡੀਓ ਬਣਾ ਕੇ ਦਿਖਾ ਦਈਏ ਕੀ ਇੱਥੇ ਅਸੀਂ ਆਪਣੇ ਗਾਰਡਨ ਦੇ ਵਿੱਚ ਲਾਇਆਗਾ ਤੇ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਆ ਕਰੋ ਜੀ ਸ਼ੇਅਰ ਵਗੈਰਾ ਕਰਦਿਆ ਕਰੋ ਤੇ ਅੱਗੇ ਤੇ ਆਪਾਂ ਮਿਲਾਂਗੇ ਜੀ ਫਿਰ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਸੇ ਮੇਰਾ ਮੇਰਾ ਗੁਲਾਬ ਦਾ ਵੀ ਇੱਕ ਡੰਡੀ ਜੀ ਨਿਕਲਾਈ ਉੱਥੇ ਫੁੱਲ ਨਿਕਲੂਗਾ ਉਹਨੂੰ ਆਹ ਦੇਖੋ ਆਹ ਨਿਕਲ ਰਹੀ ਆ ਤੇ ਇਹਨੂੰ ਲੱਗੂਗਾ ਜੀ ਫੁੱਲ ਆਪਾਂ ਦੇਖਾਂਗੇ ਫਿਰ ਕਿੰਨੇ ਕ ਫੁੱਲ ਲੱਗਦੇ ਇਹਨਾਂ ਨੂੰ ਇਹਨੂੰ ਵੀ ਫੁੱਲ ਲੱਗਣੇ ਆ ਬੂਟੇ ਨੂੰ ਇਹਨੂੰ ਵਾਈਟ ਫੁੱਲ ਲੱਗਣਗੇ ਪਰ ਹਾਲੇ ਕੁਝ ਦਿਖ ਨਹੀਂ ਰਿਹਾ ਇਹਨਾਂ ਦਾ ਵੀ ਕਿੱਥੇ ਕੀ ਨਿਕਲਣਾ ਚਲੋ ਦੇਖਦੇ ਆ ਚਲੋ ਠੀਕ ਆ ਜੀ ਫਿਰ ਮਿਲਦੇ ਆ ਜੀ ਤੇ ਆਹ ਜਿਹੜਾ ਜਗਾੜ ਜਿਹਾ ਦੇਖ ਰਹੇ ਹੋ ਜਿਹੜੇ ਮੈਂ ਟੇਪ ਲਾ ਕੇ ਆ ਹਲਾਏ ਆਗੇ ਦਰਵਾਜ਼ੇ ਲਾਇਆ ਇਹ ਮੈਂ ਤਾਂ ਲਾਇਆ ਕਿਉਂਕਿ ਇੱਥੇ ਥੱਲੋਂ ਦੀ ਨਾ ਆ ਗੈਪ ਆਗਾ ਇੱਥੇ ਹੀ ਸ਼ਾਇਦ ਜਿਸ ਨੂੰ ਉਹ ਦੇਖੋ ਥੱਲੋਂ ਦੀ ਗੈਪ ਆਗਾ ਤੇ ਬੱਚੇ ਜਦੋਂ ਫਿਰ ਇੱਥੇ ਖੇਡਦੇ ਆਗੇ ਤੇ ਸਾਨੂੰ ਇਦਾਂ ਰਹਿੰਦਾ ਵੀ ਕੋਈ ਵਿਚਦੀ ਨਾ ਲੰਘ ਜਾਏ ਉਧਰ ਤਾਂ ਕਰਕੇ ਸਾਰੇ ਇੱਥੇ ਫਿਕਸ ਕਰਤੇ ਟੇਪ ਲਾ ਕੇ